ਸਿੰਘ ਮੈਂ ਸਿੱਧਵਾਂਵੇ ਰੋਡ ਨੇੜੇ ਬਿਜਲੀ ਘਰ ਰਹਿ ਰਿਹਾ ਵਾਂ। ਸਾਡੀਆਂ ਇੱਥੇ ਦੁਕਾਨਾਂ ਉੱਪਰ ਰਹਿਸ਼ ਆ ਜੀ ਸਾਡੀ, ਅਤੇ ਅਸੀਂ ਇੱਕ ਦੁਕਾਨ ਆਪਣੀ ਜਿਹੜੀ ਹੈ ਲਖਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਪਿੰਡ ਜੰਡੀ ਨੂੰ ਅਸੀਂ ਗਹਿਣੇ ਲਿਖਵਾਏ ਸੀ ਸਮੇਤ ਮੀਟਰ ਕਨੈਕਸ਼ਨ। ਔਰ ਲਖਵੀਰ ਸਿੰਘ ਨੇ ਕੀ ਕੀਤਾ ਜੀ, 5 ਸਾਲ ਸਾਡੇ ਨਾਂ ਦਾ ਜਿਹੜਾ ਮੀਟਰ ਸੀ ਉਹ ਵਰਤਿਆ, 5 ਸਾਲ ਬਾਅਦ ਉਹਦਾ ਬਿੱਲ ਨਹੀਂ ਭਰਾਇਆ, 28,000 ਉਹਦਾ ਬਿੱਲ ਸੀਗਾ, ਅਤੇ ਬਿਜਲੀ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਦੇ ਹੋਏ ਜਿਹੜਾ 28,000 ਡਿਫਾਲਟਰ ਅਮਾਊਂਟ ਸੀ ਉਹ ਕਿਸੇ ਟਾਵਰ ਦੇ ਖਾਤੇ 'ਚ ਪਾ ਦਿੱਤੀ ਗਈ, ਅਤੇ ਲਖਵੀਰ ਸਿੰਘ ਦੇ ਨਾਂ 'ਤੇ ਨਵਾਂ ਮੀਟਰ ਬਿਜਲੀ ਅਧਿਕਾਰੀਆਂ ਨੇ ਲਾ ਦਿੱਤਾ ਜੀ। ਜਿਹੜਾ ਲਖਵੀਰ ਸਿੰਘ ਦੇ ਨਾਂ ਪਰ ਮੀਟਰ ਲਾਇਆ ਉਹ ਫਾਈਲ ਦੇ ਵਿੱਚ ਲਖਵੀਰ ਸਿੰਘ ਦੇ ਸੈਨ ਹੀ ਹੈ ਜੀ, ਬਿਨਾਂ ਦਸਖਤਾਂ ਤੋਂ ਜਾਣੀ ਪੂਰਾ ਕਬਜ਼ਾ ਕਰਨ ਦੀ ਨੀਅਤ ਨਾਲ ਜਾਣੀ ਉਹਦੇ ਪੂਰਾ ਜਾਣੀ ਉਹ ਸਾਥ ਦਿੱਤਾ। ਬਿਜਲੀ ਬੋਰਡ ਨੇ ਸਾਡੀ ਦੁਕਾਨ 'ਤੇ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਅਸੀਂ ਉਹਦੇ ਬਾਰੇ ਜਾਣਕਾਰੀ ਲਈ ਆਰਟੀਆਈ ਐਕਟ ਜਾਣੀ ਉਹਦਾ ਜਾਣੀ ਅਸੀਂ ਫਾਈਲ ਦਾ ਰਿਕਾਰਡ ਕਢਾਇਆ, ਸਾਨੂੰ ਉਦੋਂ ਪਤਾ ਲੱਗਿਆ ਵੀ ਲਖਵੀਰ ਸਿੰਘ ਨੇ ਬਿਨਾਂ ਦਸਖਤਾਂ ਤੋਂ ਅਨਕੰਪਲੀਟ ਫਾਈਲ 'ਤੇ ਆਪਦੇ ਨਾਂ 'ਤੇ ਮੀਟਰ ਲਵਾ ਲਿਆ, ਅਤੇ ਸਾਡੇ ਜਿਹੜੇ ਨਾਂ ਦੇ ਮੀਟਰ ਦੇ ਡਿਫਾਲਟਰ ਅਮਾਊਂਟ ਸੀ ਕਿਸੇ ਟਾਵਰ ਦੇ ਖਾਤੇ 'ਚ ਪਾ ਦਿੱਤੀ ਗਈ। ਜਿਹੜਾ ਲੱਗ ਗਿਆ ਸੀਗਾ ਉਹਦਾ ਵੀ ਇਹਦਾ ਕੇਸ ਸੀਗਾ, ਇਸ ਪਰਸਨ ਨੇ ਸਾਡੇ ਮਹਿਕਮੇ ਦੇ ਕੋਲ ਵੀ ਕੰਪਲੇਂਟ ਕੀਤੀ ਸੀਗੀ, ਅਤੇ ਉਹਦੇ 'ਤੇ ਸਾਡੀ ਪ੍ਰੋਪਰ ਇਨਕੁਆਇਰੀ ਹੋਈ ਹੈ। ਸਾਡੇ ਟੈਕਨੀਕਲ ਆਡਿਟ ਦਾ ਵਿੰਗ ਬਣਿਆ ਹੋਇਆ ਲੁਧਿਆਣੇ ਤੋਂ, ਐਕਸਚੇਂਜ ਸਾਹਿਬ ਉਹਨਾਂ ਨੇ ਇਨਕੁਆਇਰੀ ਕੀਤੀ ਹੈ, ਅਤੇ ਉਹਦੇ 'ਚ ਦੇਖੋ ਕੁਛ ਮਹਿਕਮੇ ਦੇ ਐਂਡ ਤੋਂ ਕੁਛ ਉਹਦੇ 'ਚ ਗਲਤੀਆਂ ਪਾਈਆਂ ਗਈਆਂ, ਅਤੇ ਉਹਦੇ 'ਚ ਜੋ ਜਿਸ ਵਿਅਕਤੀ ਨੂੰ ਜੋ ਪੈਨਲਾਈਜ਼ ਕਰਨਾ ਬਣਦਾ ਸੀ ਇਨਕੁਆਇਰੀ ਹੋਣ ਉਪਰੰਤ, ਉਹਦੇ ਸਾਰੇ ਡਿਸੀਜਨ ਹੋ ਗਏ ਨੇ ਜੀ। ਅਤੇ ਗਲਤ ਨਾਂ ਦੇ ਉੱਪਰ ਮੀਟਰ ਲੱਗ ਗਿਆ ਸੀਗਾ, ਉਹਦੇ 'ਚ ਜੋ ਮੌਕੇ ਦੇ ਉਸ ਸਮੇਂ ਉਪਮੰਡਲ ਅਫਸਰ ਸੀਗੇ ਉਹਨਾਂ ਦੀ ਇੱਕ ਇੰਕਰੀਮੈਂਟ ਬੰਦ ਹੋਈ ਹੈ, ਅਤੇ ਜੋ ਉੱਥੇ ਡੀਲਿੰਗ ਹੈਂਡ ਕਲਰਕ ਸੀ ਹੈਡ ਆਪਣੇ LDC ਹੁੰਦੇ ਨੇ ਜੀ, ਉਹਨਾਂ ਦੀਆਂ 2 ਇੰਕਰੀਮੈਂਟਾਂ ਬੰਦ ਹੋਈਆਂ ਨੇ, ਅਤੇ ਨਾਲ ਕੁਛ ਉਹਨਾਂ ਤੋਂ ਰਿਕਵਰੀਆਂ ਵੀ ਕਰਨ ਦੇ ਫੈਸਲੇ ਹੋਏ ਨੇ ਜੀ। ਉਹਦੇ 'ਚ ਇਹਨਾਂ ਨੂੰ ਪੂਰਾ ਇਨਸਾਫ ਦਿੱਤਾ ਗਿਆ ਜੀ, ਅਤੇ ਜੋ ਮਹਿਕਮੇ ਦੇ ਦੋਸ਼ੀ ਕਰਮਚਾਰੀ ਸੀਗੇ ਉਹਨਾਂ ਦੇ ਖਿਲਾਫ਼ ਕਾਰਵਾਈ ਹੋ ਚੁੱਕੀ ਹੈ ਉਹਦੇ 'ਚ। ਸਰ ਮੀਟਰ ਜਿਹੜਾ ਹੈਗਾ ਉਹ ਜਲਦੀ ਲੱਗਿਆ ਗਿਆ ਜੀ, ਸਰ ਸਾਈਨ ਵੀ ਹੈ ਜੀ ਉਹਦੇ ਉੱਪਰ, ਮਹਿਕਮੇ ਦੀ ਲਾਪਰਵਾਹੀ ਸਰ? ਹਾਂ, ਉਹਦੇ 'ਚ ਲਾਪਰਵਾਹੀ ਹੋਣ ਕਰਕੇ ਜੀ ਜੋ ਸਾਡੇ ਅਸੀਂ ਆਪਣੇ ਇੰਪਲੋਈ ਨੇ ਉਹਨਾਂ 'ਤੇ ਐਕਸ਼ਨ ਲਿਆ ਜੀ, ਉਹਦੇ 'ਤੇ ਪ੍ਰੋਪਰ ਇਨਕੁਆਇਰੀ ਹੋਈ ਹੈ ਜੀ। ਈਵਨ ਜੋ ਪ੍ਰਦੀਪ ਸਿੰਘ ਉਹਨਾਂ ਨੇ RTA 'ਚ ਵੀ ਇਨਫੋਰਮੇਸ਼ਨ ਮੰਗੀ।